ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਇਨਚਾਰਜ ਦੇ ਅਹੁਦੇ ਤੋਂ ਹਰੀਸ਼ रावत ਦੀ ਹੋਵੇਗੀ ਛੁੱਟੀ ਇਸ ਨੇਤਾ ਨੂੰ ਬਣ ਸਕਦੇ ਨੇ ਇਨਚਾਰਜ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਵਿਵਾਦ ਦੇ ਦਰਮਿਆਨ ਇੰਚਾਰਜ ਬਦਲੁੰਦੀਆਂ ਟਕਲਾਂ ਤੇਜ਼ ਹੋ ਗਈਆਂ ਨੇ ਹਾਲਾਂਕਿ ਉੱਤਰਾਖੰਡ ਤੇ ਪੰਜਾਬ ਦੇ ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰੀਸ਼ रावत ਪਹਿਲਾਂ ਹੀ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕਰ ਚੁੱਕੇ ਨੇ ਪਰ ਉਹਨਾਂ ਨੂੰ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਗਿਆ ਹੁਣ ਇੰਚਾਰਜ ਦੇ ਦੌਰਾਨ ਪੰਜਾਬ ਦੇ ਵਿੱਚ ਮਸਿਆ ਕਸਮਾਨ ਸ਼ਾਂਤ ਨਾ ਹੋਣ ਦੇ ਮੱਦੇਨਜ਼ਰ ਹਾਈ ਕਮਾਂਡ ਦੇ ਦੁਆਰਾ ਉਹਨਾਂ ਨੂੰ ਬਦਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਨਵਾਂ ਇੰਚਾਰਜ ਬਣਾਏ ਜਾਂਦਾ ਸਵਾਲ ਹੈ ਉਸ ਦੇ ਲਈ ਮੁੱਖ ਰੂਪ ਦੇ ਨਾਲ ਹਰੀਸ਼ ਚੌਧਰੀ ਦਾ ਨਾਂ ਸਾਹਮਣੇ ਆ ਰਿਹਾ ਕਿਉਂਕਿ ਉਹਨਾਂ ਨੂੰ ਰਾਹੁਲ ਗਾਂਧੀ ਦੀ ਟੀਮ ਦਾ ਅਹਿਮ ਮੈਂਬਰ ਮੰਨਿਆ ਜਾ ਰਿਹਾ ਹੈ ਪਹਿਲਾਂ ਆਸ਼ਾ ਕੁਮਾਰੀ ਨਾਲ ਸੈਨ ਇੰਚਾਰਜ ਰਹਿ ਚੁੱਕੇ ਨੇ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਟਿਕਟਾਂ ਵੰਡਣ ਚ ਅਹਿਮ ਭੂਮਿਕਾ ਨਿਭਾਈ ਸੀ ਕੈਪਟਨ ਦੇ ਕਾਂਗਰਸ ਛੱਡਣ ਦੇ ਐਲਾਨ ਤੇ ਕੀ ਬੋਲੇ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤੀਕਿਰਿਆ ਸਾਹਮਣੇ ਆਇਆ ਹੈ ਬਾਜਵਾ ਨੇ ਕੈਪਟਨ ਦੀ ਪਾਰਟੀ ਛੱਡਣ ਦੇ ਫੈਸਲੇ ਨੂੰ ਉਹਨਾਂ ਦਾ ਨਿੱਜੀ ਫੈਸਲਾ ਦੱਸਿਆ ਉਹਨਾਂ ਨੇ ਕਿਹਾ ਕਿ ਕੈਪਟਨ 40 ਸਾਲਾਂ ਕਾਂਗਰਸ ਦੇ ਵਿੱਚ ਰਹੇ ਨੇ ਤੇ ਜੇ ਹੁਣ ਉਹ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਤਾਂ ਉਹਨਾਂ ਨੂੰ ਆਪਣਾ ਫੈਸਲਾ ਹੈ ਤੇ ਹਾਈ ਕਮਾਂਡ ਟਿੱਪਣੀ ਕਰਨ ਨੂੰ ਬਹੁਤੀ ਤਵੱਜੋ ਨਹੀਂ ਦੇ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਕਾਂਗਰਸੀ ਹਣ ਤੇ ਸਿਰਫ ਬਟਾਲਾ ਨਹੀਂ ਸਗੋ ਪੂਰੇ ਪੰਜਾਬ ਦੇ ਅੰਗ ਆਗੂ ਵੀ ਹਨ ਸੋ ਇਹ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਚ جاری ਕਾਟੋ ਕਲੇਸ਼ ਦੇ ਵਿਚਾਲੇ ਪ੍ਰਗਟ ਸਿੰਘ ਨੇ ਨਵਜੋਤ ਸਿੰਘ ਨੂੰ ਲੈ ਕੇ ਕੀਤਾ ਵੱਡਾ ਦਾਵਾ ਪੰਜਾਬ ਦੇ ਵਿੱਚ ਕਾਂਗਰਸ ਦੇ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਦਾ ਅਸਲ ਨਵਜੋਤ ਸਿੱਧੂ ਦੇ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਇਸ ਦੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਚੰਨੀ ਅੱਜ ਇੱਕ ਵਾਰ ਫਿਰ ਦਿੱਲੀ ਲਈ ਰਵਾਨਾ ਹੋ ਗਏ ਨੇ ਉਹ ਕਾਂਗਰਸ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨਗੇ ਕਾਂਗਰਸ ਹਾਈ ਕਮਾਂਡ ਵੱਲੋਂ ਸਿੱਧੂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਜਿਸ ਕਾਰਨ ਹਾਲੇ ਸਿੱਧੂ ਹੀ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਇਸ ਦੇ ਵਿਚਾਲੇ ਅੱਜ ਜਲੰਧਰ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਪ੍ਰਗਟ ਸਿੰਘ ਵੱਲੋਂ ਵੱਡਾ ਦਾਵਾ ਕਰਦਾ ਕਿਹਾ ਗਿਆ ਹੈ ਕਿ ਨਵਜੂਤ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਦਾ ਮਸਲਾ ਹੱਲ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਦੇ ਕੋਲੋਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਸ ਨੂੰ ਦੂਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਇੱਕ ਨਵੀਂ ਕਮੇਟੀ ਬਣਾਈ ਜਾ ਰਹੀ ਹੈ ਜੋ ਨਵੇਂ ਪੁਰਾਣੇ ਫੈਸਲੇ ਸਾਰਿਆਂ ਦਾ ਅਵਿਸ਼ਲੇਸ਼ਨ ਕਰੇਗੀ। ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਨਵੀਂ ਪਾਰਟੀ ਜਾਣੋ ਕੀ ਹੋਵੇਗਾ ਨਾ ਸੋ ਵੱਡੀ ਖਬਰ ਆ ਖਬਰ ਦੇ ਵੱਲ ਰੁਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ ਸੂਤਰਾਂ ਮੁਤਾਬਕ ਕੈਪਟਨ ਦੀ ਨਵੀਂ ਪਾਰਟੀ ਦਾ ਨਾਂ ਪੰਜਾਬ ਵਿਕਾਸ ਪਾਰਟੀ ਹੋਵੇਗਾ ਆਪਣੀ ਨਵੀਂ ਪਾਰਟੀ ਦੇ ਗਠਨ ਦੇ ਵਿਚਾਰ ਕਰਨ ਸੰਬੰਧੀ ਉਹ ਕੁਝ ਦਿਨਾਂ ਚੋਂ ਆਪਣੇ ਕਰੀਬੀ ਆਗੂਆਂ ਨਾਲ ਮੀਟਿੰਗ ਸਦਣਗੇ ਸਿੱਧੂ ਵਿਰੋਧੀ ਆਗੂ ਸ਼ਾਮਲ ਹੋਣਗੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਟੀਚਾ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਜਿਹੇ ਵਿੱਚ ਆਗਾਮੀ ਵਿਧਾਨ ਸਭਾ ਚੋਣਾ ਚੋਂ ਸਿੱਧੂ ਖਿਲਾਫ ਉਹਨਾਂ ਦੀ ਨਵੀਂ ਗਠਤ ਪਾਰਟੀ ਤੋਂ ਇੱਕ ਮਜ਼ਬੂਤ ਦਾਵੇਦਾਰ ਖੜਾ ਹੋਵੇਗਾ ਉਹਨਾਂ ਨੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਕਿਸਾਨ ਆਗੂਆਂ ਦੇ ਨਾਲ ਵੀ ਸੰਪਰਕ ਕਰਨਗੇ ਤੇ ਉਹ ਛੋਟੀਆਂ ਪਾਰਟੀਆਂ ਨਾਲ ਵੀ رابطہ ਕਰਨਗੇ ਮੁੱਖ ਮੰਤਰੀ ਚੰਨੀ ਨੇ ਅੱਧੀ ਰਾਤ 2:30 ਵਜੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਵੀਡੀਓ ਹੋਈ ਵਾਇਰਲ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਮੁਸ਼ਕਲਾਂ ਹੱਲ ਕਰਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਦੀ ਇਹ ਵੀਡੀਓ ਪਟਿਆਲਾ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਣਾ ਜੋ ਬੀਤੀ ਰਾਤ 2:00 ਵਜੇ ਦੇ ਲਗਭਗ ਆ ਵੀਡੀਓ ਵਾਇਰਲ ਦੇ ਵਿੱਚ ਮੁੱਖ ਮੰਤਰੀ ਪਟਿਆਲਾ ਵਿਖੇ ਸੜਕ ਤੇ ਬੈਠੇ ਹੋਏ ਹਨ ਜਿਵੇਂ ਹੀ ਉਹਨਾਂ ਨੂੰ ਪਾਰਕ ਦੇ ਵਿੱਚ ਬੈਠੇ ਹੋਣ ਬਾਰੇ ਪਤਾ ਲੱਗਾ ਤਾਂ ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਖਰੀਦ ਸ਼ੁਰੂ ਹੋਈ ਨਹੀਂ ਕਿ ਯੂਪੀ ਤੋਂ ਝੋਨੇ ਦੇ ਪਰੇ ਟਰੱਕ ਪੰਜਾਬ ਦੇ ਵਿੱਚ ਆਉਣ ਲੱਗੇ ਕਿਸਾਨਾਂ ਨੇ ਘੇਰੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਟੱਲਣ ਦਾ ਮਾਮਲਾ ਹਾਲੇ ਪੱਖਿਆ ਹੋਇਆ ਕਿ ਕਿਸਾਨਾਂ ਨੂੰ ਦਰਪੇਸ਼ ਇੱਕ ਹੋਰ ਮਸਲਾ ਆਖੜਿਆ ਹੁਣ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਹਾਲੇ ਸ਼ੁਰੂ ਨਹੀਂ ਹੋਈ ਕਿ ਉੱਤਰ ਪ੍ਰਦੇਸ਼ ਤੋਂ ਝੋਨੇ ਦੇ ਪਰੇ ਟਰੱਕ ਪੰਜਾਬ ਆਉਣ ਲੱਗ ਪਏ ਨੇ ਕਿਸਾਨਾਂ ਨੇ ਪਾਤੜਾ ਰੋਡ ਤੇ ਯੂਪੀ ਤੋਂ ਆਏ 1509 ਕਿਸਮ ਦੇ ਝੋਨੇ ਦੇ ਟਰੱਕਾਂ ਨੂੰ geke ਲਿਆ ਤੇ ਡਰਾਈਵਰ ਤੋਂ ਕੀੜੀ ਪਰਤਾਲ ਤੋਂ ਪਤਾ ਲੱਗਾ ਕਿ ਯੂਪੀ ਚੋਂ ਕਿਸੇ ਰਾਈਸ ਮਿਲ ਦਾ ਝੋਨਾ ਹੈ ਜਿਹੜਾ ਪੰਜਾਬ ਦੇ ਵਿੱਚ ਵੇਚਣ ਦੇ ਲਈ ਆ ਰਿਹਾ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਤੇ ਦੂਜੇ ਸੂਬਿਆਂ ਤੋਂ ਝੋਨਾ ਆਉਣ ਨਾਲ ਪੰਜਾਬ ਚੋਂ ਰੇਟ ਘਟ ਜਾਣਗੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੀ ਲੱਗੀ ਲਾਟਰੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਬਾਈਡਨ ਸਰਕਾਰ ਨੇ ਉਹਨਾਂ ਦੀ ਫੜੋ-ਫੜੀ ਅਤੇ ਦੇਸ਼ ਨਿਕਾਲੇ ਤੇ ਰੋਕ ਲਾ ਦਿੱਤੀ ਹੈ 29 ਨਵੰਬਰ ਤੋਂ ਲਾਗੂ ਕੀਤੀ ਜਾ ਰਹੀ ਨਵੀਂ ਨੀਤੀ ਨਾਲ ਹਜ਼ਾਰਾਂ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਬਾਰਡਰ ਏਜੰਸੀ ਅਧਿਕਾਰੀਆਂ ਨੂੰ ਜਾਰੀ ਹੁਕਮਾਂ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਿਰਫ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇ 31 ਅਕਤੂਬਰ 2020 ਜਾਂ ਇਸ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਾਮ ਅਮਰੀਕਾ ਚੋਂ ਦਾਖਲ ਹੋਏ ਪ੍ਰਵਾਸੀਆਂ ਨੂੰ ਹੁਣ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵਾਲੇ ਹੱਥ ਨਹੀਂ ਲਾਉਣਗੇ ਬਸ਼ਰਤੇ ਉਹਨਾਂ ਵਿਰੁੱਧ ਅੱਤਵਾਦ ਜੁਸੂਸੀ ਜਾਂ ਹੱਤਿਆ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਨਾ ਹੋਵੇ ਕੈਪਟਨ ਦੇ ਰਾਬਤ ਦਾ ਵੱਡਾ ਵਾਰ ਕਿਹਾ ਫੋਨ ਕਰ ਕੀਤੀ ਸੀ ਮਨਾਉਣ ਦੀ ਕੋਸ਼ਿਸ਼ ਹੁਣ ਕਿਸਾਨ ਵਿਰੋਧੀ ਭਾਜਪਾ ਦੀ ਨਾ ਕਰਨ ਮਦਦ ਕੈਪਟਨ ਦੇ ਬਾਗੀ ਰਵਈਏ ਤੇ ਵਿਚਾਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹਰੀਸ਼ रावत ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਕਿਸਾਨ ਵਿਰੋਧੀ ਭਾਜਪਾ ਦਾ ਸਹਾਇਕ ਨਹੀਂ ਬੰਨਣਾ ਚਾਹੀਦਾ रावत ਨੇ ਅੱਗੇ ਕਿਹਾ ਕਿ ਉਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜਨ ਦਾ ਕਾਂਗਰਸੀ ਆਗੂ ਨੇ ਦਾਵਾ ਕੀਤਾ ਕਿ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਉਹਨਾਂ ਦਾ ਬਹੁਤ ਸਤਿਕਾਰ ਕੀਤਾ रावत ਨੇ ਕਿਹਾ ਅਮਰਿੰਦਰ ਨੂੰ ਦੋ ਵਾਰ ਫੋਨ ਕਰਕੇ ਮਨਾਉਣ ਦੀ ਕੋਸ਼ਿਸ਼ ਕਰ ਦਿੱਤੀ ਗਈ ਪਰ ਉਹ ਮੰਨ ਨਹੀਂ ਰਿਹਾ ਮੁੱਖ ਮੰਤਰੀ ਪੰਜਾਬ ਵੱਲੋਂ ਗਰੀਬਾਂ ਦੀ ਗਰੀਬ ਵਰਗਾਂ ਦੀ ਭਲਾਈ ਅਤੇ ਵਿਕਾਸ ਦੇ ਲਈ ਵੱਡੇ ਫੈਸਲੇ ਸ਼ਲਾਂਗਾ ਜੁਗ ਅਮਰਤਾ ਵਰਕ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਗਰੀਬਾਂ ਵਰਗਾਂ ਦੀ ਭਲਾਈ ਤੇ ਵਿਕਾਸ ਲਈ ਵੱਡੇ ਫੈਸਲੇ ਲੈ ਰਹੇ ਨਾ ਉਸ ਨਾਲ ਹਰ ਵਰਗ ਨੂੰ ਰਾਹਤ ਮਿਲ ਗਈ ਇਹ ਵਿਚਾਰ ਉੱਗੇ ਲੋਕ ਗਾਇਕਾ ਅਮਰਤਾ ਵਰਕ ਨੇ ਪ੍ਰਗਟ ਕਰਦਾ ਕਿਹਾ ਕਿ ਚੰਨੀ ਵਰਗੇ ਪੜੇ ਲਿਖੇ ਮਿਹਨਤੀ ਹੋਣ ਹਰ ਮੁੱਖ ਮੰਤਰੀ ਦੀ ਪੰਜਾਬ ਨੂੰ ਪਿਛਲੇ ਲੰਬੇ ਸਮੇਂ ਤੋਂ ਵੱਡੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਦਾ 15 ਦਿਨਾਂ ਅੰਦਰ ਨਵੀਂ ਪਾਰਟੀ ਬਣਾਉਣ ਦਾ ਐਲਾਨ ਇੱਕ ਦਰਜਨ ਨੇਤਾ ਹਨ ਸੰਪਰਕ ਦੇ ਵਿੱਚ। ਦੂਜੇ ਪਾਸੇ ਕੈਪਟਨ ਹੋਰੀ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੌਮੀ ਸੁਰੱਖਿਆ ਸਲਾਹ ਕਰ ਅਜੀਤ ਡੋਪਾਲ ਦੇ ਨਾਲ ਗੱਲਬਾਤ ਕਰਕੇ ਆਏ ਨੇ ਦਿੱਲੀ ਵਿੱਚ ਲੰਮੀ ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਨਾਲ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਆਏ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਚਰਚਾਵਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਜੋ ਐਲਾਨ ਅਗਲੇ ਆਉਣ ਵਾਲੇ 15 ਦਿਨਾਂ ਦੇ ਅੰਦਰ ਹੋ ਸਕਦਾ ਹੈ ਸਰਹੰਦ ਦਾ ਨੌਜਵਾਨ 600 ਗ੍ਰਾਮ ਸੋਨੇ ਦੀ 벨ਟ ਪਾ ਕੇ ਦੁਬਈ ਤੋਂ ਵਾਪਸ ਆਇਆ ਅਮਰਤਸਰ 에어ਪੋਰਟ ਤੇ ਗ੍ਰਿਫਤਾਰ ਸੋ 600 ਗ੍ਰਾਮ ਸੋਨਾ ਉਸ ਤੋਂ ਬਰਾਮਦ ਕੀਤਾ ਗਿਆ ਇਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਦੇਸ਼ ਦੇ ਸਭ ਤੋਂ ਵੱਡੇ SBI ਬੈਂਕਾਂ ਨੇ ਕੱਢੀ ਭਰਤੀ ਕਰੋ ਅਪਲਾਈ SBI ਚ ਸਰਕਾਰੀ ਨੌਕਰੀ ਦੀ ਚਾਹ ਰੱਖਣ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਦੇਸ਼ ਦੇ ਪਬਲਿਕ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਵੈਲਥ ਮੈਨੇਜਮੈਂਟ ਬਿਜ਼ਨਸ ਯੂਨਿਟ ਚ ਸਪੈਸ਼ਲ ਕੈਡਰ ਅਫਸਰ ਦੀਆਂ ਅਸਾਮੀਆਂ ਦੇ ਸਮਿਤਤ ਕੁੱਲ 3 ਭਰਤੀ ਇਸ਼ਤਿਹਾਰ ਜਾਰੀ ਕੀਤੇ ਹਨ ਕੁੱਲ 606 ਪੋਸਟਾਂ ਤੇ ਭਰਤੀ ਕੀਤੀ ਜਾਣੀ ਹੈ ਅਪਲਾਈ ਕਰਨ ਦੇ ਚਾਹਵਨ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ sbi.co.in ਤੇ ਜਾ ਕੇ ਦਿੱਤੇ ਗਏ ਲਿੰਕ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਰਾਹੀਂ ਅਪਲਾਈ ਕਰ ਸਕਦੇ ਨੇ ਸਵਸ਼ਤਾ ਦੇ ਨਾਮ ਤੇ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਮਜਾਕ ਸਿਰਫ ਨਾਂ ਲਈ ਬਜਟ ਹੁੰਦਾ ਸੀ ਅਲਰਟ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਦੇ ਲਈ ਸਵਸ਼ ਭਾਰਤ ਮਿਸ਼ਨ ਦਾ ਆਰੰਭ ਕੀਤਾ ਇਸ ਤੋਂ ਇਲਾਵਾ ਅੰਮ੍ਰਿਤ 2.0 ਦੀ ਵੀ ਸ਼ੁਰੂਆਤ ਕੀਤੀ ਇਸ ਦੀ ਸ਼ੁਰੂਆਤ ਅੱਜ ਨਵੀਂ ਦਿੱਲੀ ਸਥਿਤ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੀਤੀ ਗਈ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸਾਫ਼ ਸਫਾਈ ਪ੍ਰਤੀ ਸੁਚੇਤ ਕੀਤਾ ਤੇ ਲੋਕਾਂ ਦੀ ਵੀ ਸ਼ਲਾਘਾ ਕੀਤੀ ਜੋ ਇਸ ਵਿੱਚ ਯੋਗਦਾਨ ਪਾ ਰਹੇ ਨੇ ਤੇ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਇਸ ਮਿਸ਼ਨ ਦੇ ਕਈ ਪਹਿਲਵਾਂ ਨੂੰ ਸ਼ੋਹਾ ਸਵਚ ਭਾਰਤ ਮਿਸ਼ਨ ਦੂਜੇ ਪੜਾ ਦੇ ਤਹਿਤ 2030 ਤੱਕ ਸਥਾਈ ਵਿਕਾਸ ਉਦੇਸ਼ਾਂ ਨੂੰ ਪਾਉਣ ਦੇ ਲਈ ਅੱਗੇ ਵਧਾਇਆ ਜਾਵੇਗਾ ਇਹ ਮੁੱਖ ਯੋਜਨਾ ਤੇ ਤੌਰ ਤੇ 트리플 ਆਰ ਨਾਲ ਜੁੜੀ ਹੈ ਜਿਸ ਚ ਰੀਯੂਜ਼ ਰੀਯੂਜ਼ ਅਤੇ ਰੀਸਾਈਕਲ ਸ਼ਾਮਿਲ ਹੈ ਵਰਕ ਫਰੋਮ ਹੋਮ ਖਤਮ ਕਰਕੇ ਦਫਤਰ ਖੋਲਣ ਦੀ ਤਿਆਰੀ ਚੋਹਨ ਇਹ ਅਦਾਰੇ ਜਿਵੇਂ ਕਿ ਕੋਵਿਡ ਇਨਫੈਕਸ਼ਨ ਦੀ ਗਿਣਤੀ ਘਟਦੀ ਜਾ ਰਹੀ ਹੈ ਕੰਪਨੀਆਂ ਟੀਕਾਕਰਨ ਮਹਿੰਮ ਨੂੰ ਪੂਰਾ ਕਰ ਰਹੀਆਂ ਨੇ ਤੇ ਇੰਡੀਆ ਸਰਗਰਮੀ ਨਾਲ ਰਸਮੀ ਕੰਮ ਵਾਲੀ ਥਾਂ ਤੇ ਵਾਪਸ ਪਰਤਣ ਦਾ ਕੰਮ ਕਰ ਰਿਹਾ ਇਕਨੋਮਿਕਸ ਟਾਈਮਜ਼ ਨੇ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਪ੍ਰੈਕਟਰ ਐਂਡ ਗੈਬਲ ਵਿਪਰੋ ਐਚਡੀਐਫਸੀ ਐਕਸਿਸ ਬੈਂਕ ਯਸ ਬੈਂਕ ਡਿਓਲੇਟ ਵਰਗੀਆਂ ਕੰਪਨੀਆਂ ਅਗਲੇ 2 ਮਹੀਨੇ ਅੰਦਰ-ਅੰਦਰ ਆਪਣੇ ਦਫ਼ਤਰਾਂ 'ਚੋਂ ਦੁਬਾਰਾ ਖੋਲਣ ਦੀ ਤਿਆਰੀ ਕਰਨ ਵਾਲੇ ਟਾਪ ਕਾਰਪੋਰੇਟਾਂ ਦੇ ਵਿੱਚ ਸ਼ਾਮਲ ਹਨ ਹਾਲਾਂਕਿ ਕੁਝ ਕਾਰਪੋਰੇਟਾਂ ਨੇ ਕੋਵਿਡ ਤੋਂ ਪਹਿਲਾਂ ਪੱਦਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੋਰ ਕਰਮਚਾਰੀਆਂ ਨੂੰ ਦਫ਼ਤਰਾਂ ਦੇ ਵਿੱਚ ਲਿਆਉਣ ਦੀ ਮੰਗ ਕਰ ਰਹੇ ਹਨ 68 ਸਾਲਾਂ ਬਾਅਦ ਮੁੜ ਟਾਟਾ ਗਰੁੱਪ ਹੋਇਆ 에ਅਰ ਇੰਡੀਆ ਲਗਾਈ ਸਭ ਤੋਂ ਵੱਡੀ ਬੋਲੀ ਟਾਟਾ ਸਨਜ਼ ਨੇ ਸਰਕਾਰੀ ਮਾਲਕੀ ਵਾਲੀ 에ਅਰਲਾਈਨ 에ਅਰ ਇੰਡੀਆ ਦੀ ਬੋਲੀ ਜਿੱਤ ਲਈ ਹੈ ਮੰਤਰੀਆਂ ਦੇ ਇੱਕ ਪੈਨਲ ਨੇ ਟਾਟਾ ਸਨਸ ਦੇ ਪ੍ਰਸਤਾਵ ਨੂੰ ਸਵਾਰ ਕਰ ਲਿਆ ਹੈ ਜਾਨੀ ਵਕਾਰੀ ਦਿੱਤੀ ਗਈ ਹੈ ਸਰਕਾਰ ਨੇ 에ਅਰ ਇੰਡੀਆ ਵਿੱਚ ਆਪਣੀ 100 ਫੀਸ ਦੀ ਹਿੱਸੇਦਾਰੀ ਵੇਚਣ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਟਾਟਾ ਸਨਸ ਫਿਲਹਾਲ ਇਸ ਵਿਸ਼ੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਦੱਸ ਦਈਏ 에ਅਰ ਇੰਡੀਆ ਦੇ ਵੀ ਨਿਵੇਸ਼ ਲਈ ਕੇਂਦਰ ਸਰਕਾਰ ਨੂੰ ਬੁੱਧਵਾਰ ਨੂੰ ਕੋਈ ਵਿੱਤੀ ਬੋਲੀ ਪ੍ਰਾਪਤ ਨਹੀਂ ਹੋਈ ਟਾਟਾ ਸਨਸ ਦੋ ਅਤੇ ਅਧਿਯੋਗਪਤੀ ਅਜੇ ਸਿੰਘ ਨੇ ਆਪਣੀ ਵਿਅਕਤੀਗਤ ਸਮਰੱਥਾ ਦੇ ਹਿਸਾਬ ਨਾਲ 에ਅਰ ਇੰਡੀਆ ਦੀ ਵਿੱਤੀ ਬੋਲੀ ਲਈ ਪੇਸ਼ ਕੀਤੀ ਸੀ ਸਪਾਈਸ ਜੈਟ ਦੇ ਪ੍ਰੋਮੋਟਰ ਸਿੰਗਾਤੇ ਹੋਰ ਵੀ ਸੰਸਥਾਵਾਂ ਦੇ ਨਾਲ 에어ਲਾਈਨ ਦੀ ਸਾਂਝੀ ਬੋਲੀ ਲਗਾਈ ਗਈ ਟਾਟਾ ਸੰਸ ਦੇ ਬੁਲਾਰੇ ਨੇ ਦੱਸਿਆ ਕਿ ਟਾਟਾ ਨੇ 에어 ਇੰਡੀਆ ਦੀ ਵਿੱਤੀ ਬੋਲੀ ਜਮ੍ਹਾਂ ਕਰਵਾਈ ਹੈ ਉਹਨਾਂ ਨੇ ਕਿਹਾ ਜੀ ਟਾਟਾ ਦੀ ਬੋਲੀ ਦੀ ਬਹੁਤ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਉਸ ਦਾ ਨਾਮ ਪਿਛਲੇ ਕੁਝ ਸਮੇਂ ਤੋਂ ਖਬਰਾਂ ਦੇ ਵਿੱਚ ਵੀ ਸੀ ਸਾਵਧਾਨ ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ਚ ਕਰੋੜਾ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ ਇੱਕ ਸਮੇਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੀ ਹਾਨੀ ਬਣਾਉਣ ਲਈ ਮੁਫਤ ਵਿੱਦਿਆ ਮਿੱਡੇ ਮੀਲ ਵਰਗੀਆਂ ਸਹੂਲਤਾਂ ਦੇ ਸੋਲੇ ਗਾਰੀ ਹੈ ਦੂਜੇ ਪਾਸੇ 10ਵੀਂ 12ਵੀਂ ਜਮਾਤਾਂ ਦੇ ਪਾਸ ਅਤੇ ਫੇਲ ਹੋਏ ਵਿਦਿਆਰਥੀਆਂ ਤੋਂ ਸਰਟੀਫਿਕੇਟ ਦੇਣ ਬਦਲੇ ਕਰੋੜਾ ਰੁਪਏ ਖਸਕਾਉਣ ਦੀ ਯੋਜਨਾ ਤੇ ਵੀ ਕੰਮ ਕਰ ਰਹੀ ਹੈ ਜਾਣਕਾਰੀ ਅਨੁਸਾਰ 10ਵੀਂ 12ਵੀਂ ਦੇ ਸੈਸ਼ਨ 2021 ਤੇ 2021 ਤੇ 2020 ਦੌਰਾਨ ਪੰਜਾਬ ਸਿੱਖਿਆ ਬੋਰਡ ਨਾਲ ਸਬੰਧਤ ਨਿੱਜੀ ਸਕੂਲਾਂ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ પાસ ਅਤੇ ਫੇਲ ਨੂੰ ਹੁਣ ਆਪਣੇ ਸਰਟੀਫਿਕੇਟਾਂ ਦੀ ਲੋਡ ਪਈ ਤਾਂ ਬੋਰਡ ਦੀਆਂ ਨਵੀਆਂ ਹਦਾਇਤਾਂ ਦੇ ਅਨੁਸਾਰ ਆਨਲਾਈਨ ਪੋਰਟਲ ਤੇ ਪ੍ਰਤੀ ਸਰਟੀਫਿਕੇਟ 300 ਰੁਪਏ ਫੀਸ ਮੰਗੀ ਗਈ ਆ ਜਦੋਂ ਫੀਸਾਂ ਪਹਿਲਾਂ ਹੀ ਜਮ੍ਹਾਂ ਹੰਤਾਂ ਫਿਰ ਹੁਣ ਕਾਂ ਦੀ ਫੀਸ ਸੋ ਮਾਪਿਆਂ ਨੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਜੀ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਤੱਕਾ ਹੈ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਕਰ ਰਿਹਾ ਹੈ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਦੇ ਹਨ ਉਹ 300 ਰੁਪਏ ਕਿੱਥੋਂ ਭਰਨ ਕੇਂਦਰ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਗ੍ਰੈਟੀ ਲਈ ਲਿਆ ਵੱਡਾ ਫੈਸਲਾ ਇਹਨਾਂ ਲੋਕਾਂ ਨੂੰ ਹੋਵੇਗਾ ਇੱਕ ਤੋਂ 7 ਲੱਖ ਰੁਪਏ ਦਾ ਫਾਇਦਾ Indian Railways ਤੇ ਦੂਸਰੇ ਉਦਯੋਗਾਂ ਦੇ ਮੁਲਾਜ਼ਮਾਂ ਲਈ ਮੋਦੀ ਸਰਕਾਰ ਮਿਹਰਬਾਨ ਹੋ ਗਈ ਆ ਸਰਕਾਰ ਨੇ ਇਹਨਾਂ ਉਦਮਾਂ ਤੇ ਜਨਵਰੀ 2020 ਤੋਂ ਜੂਨ 2021 ਦੇ ਵਿਚਕਾਰ ਰਿਟਾਇਰ ਲੋਕਾਂ ਦੇ ਲਈ ਬੜੇ ਫਾਇਦੇ ਦੀ ਗੱਲ ਕੀਤੀ ਆ ਸਰਕਾਰ ਨੇ ਇਹਨਾਂ ਰਿਟਾਇਰ ਮੁਲਾਜ਼ਮਾਂ ਨੂੰ ਮੰਗਾਈ ਪੱਤੇ 'ਚ 11% ਦੀ ਉਛਾਲ ਦੇਣ ਦਾ ਦੇਣ ਦੇ ਰਾਜ਼ੀ ਹੋ ਗਏ ਇਸ ਦੇ ਨਾਲ ਯੂਨੀਅਰ ਸੀਨੀਅਰ ਲੈਵਲ ਦੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਫੰਡ ਦੇ ਵਿੱਚ ਕਰੀਬ 1 ਲੱਖ ਤੋਂ 7 ਲੱਖ ਰੁਪਏ ਤੱਕ ਦਾ ਫਾਇਦਾ ਹੋਵੇਗਾ ਇਹ ਫਾਇਦਾ ਗ੍ਰੈਚੁਇਟੀ ਲੈਵਲ ਅਸੈਸਮੈਂਟ ਦੇ ਤੌਰ ਤੇ ਹੋਵੇਗਾ ਏਡੀਆਨ ਰੇਲਵੇ ਦੇ ਪੇ ਕਮਿਸ਼ਨ 7 ਅਤੇ ਐਚਆਰਐਮਐਸ ਦੇ ਡਿਪਟੀ ਡਾਇਰੈਕਟਰ ਜੈਕ ਮਾਰ ਮੁਤਾਬਕ ਕੇਂਦਰ ਸਰਕਾਰ ਨੇ ਰਿਟਾਇਰ ਮੁਲਾਜ਼ਮਾਂ ਨੂੰ ਪਹਿਲਾਂ ਹੀ ਮੰਗਾਈ ਪੱਤੇ ਦੇ ਡੀਏ ਵਿੱਚ ਵਾਅਦੇ ਦਾ ਫਾਇਦਾ ਦਿੱਤਾ ਜਾ ਚੁੱਕਾ ਹੈ 40000 ਬੇਸਿਕ ਤੇ 1 ਲੱਖ ਤੋਂ ਜ਼ਿਆਦਾ ਫਾਇਦਾ ਹੋ ਜਾਵੇਗਾ ਹਾਈ ਮੰਗਾਈ ਅੱਜ ਫਿਰ ਹੋਇਆ ਐਲਪੀਜੀ ਸਿਲੰਡਰ ਮਹਿੰਗਾ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਅਕਤੂਬਰ ਦੇ ਵਿੱਚ ਪਹਿਲੇ ਤੋਂ ਨਹੀਂ ਮੰਗਾਇ ਨੇ ਵੱਡਾ ਝਟਕਾ ਲਾਇਆ ਜੀ ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆ 1 ਅਕਤੂਬਰ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਇਹ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ 'ਚ ₹43.05 ਵਾਧਾ ਕਰ ਦਿੱਤਾ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਵੀਡੀਓ ਚੈੱਕ ਕਰ ਸਕਦੇ ਹੋ ਅਕਤੂਬਰ ਮਹੀਨੇ ਦੇ ਵਿੱਚ 21 ਦਿਨ ਬੈਂਕ ਰਹਿਣਗੇ ਬੰਦ ਛੇਤੀ ਨੇ ਪਟਾ ਲੋ ਕੰਮ ਅਕਤੂਬਰ ਮਹੀਨੇ ਦੇ ਵਿੱਚ ਬਹੁਤ ਸਾਰੇ ਤਿਹਾਰ ਆਉਂਦੇ ਨੇ ਇਸ ਕਾਰਨ ਦੇਸ਼ ਦੇ ਕਈ ਪ੍ਰਾਈਵੇਟ ਸਰਕਾਰੀ ਬੈਂਕ ਬੰਦ ਰਹਿਣਗੇ ਤਿਹਾਰਾਂ ਦੇ ਮੱਦੇਨਜ਼ਰ ਅਕਤੂਬਰ ਦੇ ਵਿੱਚ ਤਕਰੀਬਨ 21 ਦਿਨਾਂ ਲਈ ਬੈਂਕ ਬੰਦ ਰਹਿਣਗੇ ਇਹ ਛੁੱਟੀਆਂ ਦੂਜਾ ਸ਼ਨੀਵਾਰ ਐਤਵਾਰ ਵੀ ਸ਼ਾਮਲ ਹੋਣਗੇ ਜਿਨ੍ਹਾਂ ਲੋਕਾਂ ਨੂੰ ਅਕਤੂਬਰ ਮਹੀਨੇ ਚ ਬੈਂਕ ਨਾਲ ਜੁੜੇ ਕੰਮ ਨੇ ਉਹ ਛੁੱਟੀਆਂ ਦੀ ਸੂਚੀ ਸਾਡੇ ਚੈਨਲ ਤੇ ਪਾਈ ਹੋਈ ਵੀਡੀਓ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਨੇ 31 ਅਕਤੂਬਰ ਹ ਤੱਕ ਹੋ ਜਾਵੋ ਟੈਨਸ਼ਨ ਫਰੀ ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਰੀਨਿਊ ਨੂੰ ਕਰਵਾਉਣ ਤੇ ਦਿੱਤੀ ਸ਼ੋਰਟ ਡਰਾਈਵਿੰਗ ਲਾਇਸੈਂਸ ਆਰਸੀ ਮੋਟਰ ਡਾਕੂਮੈਂਟ ਨਾਲ ਜੁੜੇ ਦਸਤਾਵੇਜ਼ਾਂ ਦੀ ਵੈਲਿਡਿਟੀ ਵਧਾ ਦਿੱਤੀ ਗਈ ਹੈ ਡਰਾਈਵਿੰਗ ਲਾਇਸੈਂਸ ਆਰਸੀ ਵਰਗੇ ਪਰਮਿਟ ਦੀ ਵੈਲਿਡਿਟੀ 31 ਅਕਤੂਬਰ ਤੱਕ ਵਧਾਈ ਗਈ ਹੈ ਯਾਨੀ ਕਿ ਹੁਣ ਤੁਹਾਡੀ ਗੱਡੀ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਵੈਲਿਡਿਟੀ ਇੱਕ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ ਵੈਲਿਡਿਟੀ ਪਹਿਲਾਂ 30 ਸਤੰਬਰ ਨੂੰ ਖਤਮ ਹੋਣ ਵਾਲੀ ਸੀ ਜਿਸ ਨੂੰ ਹੁਣ ਵਧਾ ਕੇ 31 ਅਕਤੂਬਰ ਕਰ ਦਿੱਤਾ ਗਿਆ ਹੁਣ ਤੁਸੀਂ 31 ਅਕਤੂਬਰ ਤੱਕ ਆਪਣੇ ਵਾਹਨਾਂ ਦੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹੋ ਟਰਾਂਸਪੋਰਟ ਮੰਤਰਾਲੇ ਨੇ ਕੋਰੋਨਾ ਤੇ ਲਾਕਡਾਊਨ ਨੂੰ ਦੇਖਦੇ ਹੋਏ ਡੈਡਲਾਈਨ ਦੇ ਵਿੱਚ ਵਾਧਾ ਕੀਤਾ ਹੈ 1960 ਤੋਂ ਬਾਅਦ ਦੂਜੀ ਵਾਰ ਦੇਰੀ ਨਾਲ ਪਰਤ ਰਿਹਾ ਮੌਨਸੂਨ ਮੀਂਹ ਦੇ ਨਾਲ ਖੂਬ ਸ਼ਹਿਬਰ ਦੇਸ਼ ਦੇ ਵਿੱਚ ਸਾਲ ਜੂਨ ਤੋਂ ਸਤੰਬਰ ਤੱਕ 4 ਮਹੀਨਿਆਂ ਬਰਸਾਤ ਦੇ ਦੌਰਾਨ ਆਮ ਵਾング ਹੋਈ ਬਾਰਿਸ਼ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਸ਼ਨੀ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਆਈਐਮਡੀ ਨੇ ਕਿਹਾ ਕਿ ਉੱਤਰ ਪੂਰਬ ਮਾਨਸੂਨ ਵੀ ਆਮ ਰਹਿਣ ਦੇ ਅਸਾਰ ਹਨ ਦੇਸ਼ ਨਾਲ ਅਕਤੂਬਰ ਤੋਂ ਦਸੰਬਰ ਤੱਕ ਦੱਖਣੀ ਸੂਬਿਆਂ 'ਚ ਬਾਰਿਸ਼ ਹੁੰਦੀ ਹੈ ਜਿਨ੍ਹਾਂ 'ਚ ਤਾਮਿਲਨਾਡੂ, ਤਾਟੀ ਆਂਧਰਾ ਪ੍ਰਦੇਸ਼, ਰਾਏਲ ਸੀਮਾ ਤੇ ਲਖਸ਼ਦੀਪ ਸ਼ਾਮਲ ਹਨ। ਸੀਐਮ ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਿਹਾ ਇੱਕ ਅਕਤੂਬਰ ਤੋਂ ਹੀ ਸ਼ੁਰੂ ਕੀਤੀ ਜਾਵੇ ਝੋਨੇ ਦੀ ਖਰੀਦ ਪੰਜਾਬ ਦੇ ਵਿੱਚ ਸੌਣੀ ਮੰਡੀਕਰਨ ਸੀਜ਼ਨ 2021-22 ਵਾਸਤੇ ਝੋਨੇ ਦੀ ਖਰੀਦ ਮੂਲ ਤਵੀਕਰਨ ਬਾਰੇ ਭਾਰਤ ਸਰਕਾਰ ਦੇ ਖਫਤਕਾਰ ਮਾਮਲੇ ਕੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਪੱਤਰ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦਾ ਕਿ ਨਰਿੰਦਰ ਮੋਦੀ ਕੇਂਦਰੀ ਮੰਤਰਾਲੇ ਨੂੰ ਆਪਣਾ ਪੱਤਰ ਤੁਰੰਤ ਵਾਪਸ ਲੈਣ ਦੀ ਸਲਾਹ ਦੇ ਕੇ ਸੂਬੇ ਦੇ ਵਿੱਚ ਚੋਣੇ ਦੀ ਕੀਤ 11 ਅਕਤੂਬਰ ਦੀ ਬਜਾਏ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਆਗਿਆ ਦੇਣ। ਮੌਸਮ ਦੇ ਮਜਾਜ ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਿਮਕੁੰਡ ਸਾਹਿਬ ਜੀ ਦੇ ਕਵਾੜ 10 ਨੂੰ ਹੋਣਗੇ ਬੰਦ। ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਲੋਕਪਾਲ ਲక్ష్మణ ਮੰਦਰ ਦੇ ਇੱਕ ਵਾਰਡ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ 17 ਸਤੰਬਰ ਤੋਂ ਸ਼ੁਰੂ ਹੋਈ ਹੇਮਕੁੰਡ ਸਾਹਿਬ ਦੀ ਯਾਤਰਾ ਹ ਤੱਕ ਹੁਣ ਤੱਕ 5000 ਤੋਂ ਜ਼ਿਆਦਾ ਸ਼ਰਧਾਲੂ ਗੁਰਦੁਆਰਾ ਸਾਹਿਬ ਮੱਥਾ ਟੇਕ ਚੁੱਕੇ ਨੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਵਿਧਰਾ ਨੇ ਕਿਹਾ ਮੌਸਮ ਤੇ ਮਜਾਜ਼ਤ ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਛੱਡਣ ਦੇ ਐਲਾਨ ਨਾਲ ਪੰਜਾਬ ਦੇ ਅੰਗਵਾਂ ਨੂੰ ਚਿੰਤਾ ਕਿਤੇ ਡਿੱਗ ਨਾ ਜਾਵੇ ਚੰਨੀ ਸਰਕਾਰ ਸਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਬਿਆਨ ਨੂੰ ਲੈ ਕੇ ਪੰਜਾਬ ਚ ਕਾਂਗਰਸੀਆਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਈ ਸੀਨੀਅਰ ਆਗੂ ਨੂੰ ਚਰਨਜੀਤ ਚੰਨੀ ਸਰਕਾਰ ਲਈ ਵੀ ਖਤਰੇ ਦਾ ਸ਼ੱਕ ਹੈ ਇਹਨਾਂ ਆਗੂਆਂ ਦਾ ਮੰਨਣਾ ਹੈ ਕਿ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ ਤਰਜਨ ਵਿਧਾਇਕ ਨਾ ਚਲੇ ਜਾਣ ਜੇਕਰ ਅਜਿਹੀ ਨੌਪਤਾਂ ਦੀ ਤਾਂ ਪੰਜਾਬ ਦੇ ਵਿੱਚ ਸਰਕਾਰ ਦੇ ਡਿੱਗਣ ਅਤੇ ਰਾਸ਼ਟਰਪਤੀ ਰਾਜ ਲੱਗਣ ਦਾ ਖਤਰਾ ਪੈਦਾ ਹੋ ਜਾਵੇਗਾ ਦੱਸਿਆ ਜਾਂਦਾ ਹੈ ਕਿ ਇਸ ਚਿੰਤਾ ਨੂੰ ਲੈ ਕੇ ਅੱਜ ਕਈ ਵਿਧਾਇਕਾਂ ਨੇ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਕੀਤੀ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਮਾਇਤੀ ਅਤੇ ਉਹਨਾਂ ਦੇ ਨਾਲ ਜੁੜੇ ਵਿਧਾਇਕਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਆ ਇੱਕ ਸੀਨੀਅਰ ਵਿਧਾਇਕ ਨੇ ਨਾਂ ਨਾ ਛਾਪਨ ਦੀ ਦੱਸਿਆ ਕਿ ਇਹ ਗੱਲ ਦੀ ਚਿੰਤਾ ਸਾਰੇ ਮੰਤਰੀਆਂ ਨੂੰ ਵਿਧਾਇਕਾਂ ਨੂੰ ਤੇ ਐਮਐਲਏ ਨੂੰ ਅੰਦਰੋਂ ਅੰਦਰ ਹੀ ਖਾ ਰਹੀ ਆ ਪੰਜਾਬ ਦੇ ਡੀਜੀਪੀ ਤੇਜਜੀ ਨੂੰ ਰਾਹ ਬਦਲਣ ਦਾ ਰਾਹ ਜਿਹੜਾ ਉਹ ਪੱਦਰਾ ਹੋ ਗਿਆ ਜੀ ਪੰਜਾਬ ਦੇ ਡੀਜੀਪੀ ਤੇਜਜੀ ਨੂੰ ਬਦਲਣ ਦਾ ਰਾਹ ਪੱਦਰਾ ਤਿੰਨ ਮੈਂਬਰੀ ਕਮੇਟੀ ਨੇ ਵੱਡੇ ਮਸਲੇ ਨੂੰ ਲੈ ਕੇ ਹਫਤੇ 'ਚ ਦੋ ਵਾਰ ਮਿਲਿਆ ਕਰੇਗੀ ਸੀਐਮ ਚੰਨੀ ਪਾਰਟੀ ਪ੍ਰਧਾਨ ਸਿੱਧੂ ਅਤੇ ਹਰੀਸ਼ ਚੌਧਰੀ ਕਮੇਟੀ ਚ ਹੋਣਗੇ ਸਿੱਧੂ ਦਾ ਅਸਤੀਫਾ ਨਾ ਮਨਜ਼ੂਰ ਆ ਡੀਜੀਪੀ ਨੂੰ ਅੱਜ ਰਾਤ ਹੀ ਪੈਨਲ ਨੇ ਯੂਪੀਐਸਸੀ ਲਈ ਭੇਜਿਆ ਜਾ ਸਕਦਾ ਹੈ ਕੈਪਟਨ ਨੇ ਸਿੱਧੂ ਦੇ ਖਿਲਾਫ ਕੀਤਾ ਵੱਡਾ ਐਲਾਨ ਕਿਹਾ ਸਿੱਧੂ ਨੂੰ ਦਾ ساری ਉਮਰ ਜਿੱਤ ਨਹੀਂ ਦਵਾਗਾ ਸੋ ਸਿੱਧੂ ساری ਉਮਰ ਮੇਰੇ ਤੋਂ ਜਿੱਤ ਨਹੀਂ ਸਕਦਾ ਸੋ ਕੈਪਟਨ ਨੇ ਐਲਾਨ ਨਹੀਂ ਕੀਤਾ ਇੱਕ ਸਾਹ ਨਾਲ ਧਮਕੀ ਦਿੱਤੀ ਹੈ 에어 ਇੰਡੀਆ ਦਾ ਨਿੱਜੀਕਰਨ ਟਾਟਾ ਨੇ ਬੋਲੀ ਜਿੱਤਣ ਦੀ ਰਿਪੋਰਟ ਦਾ ਸਰਕਾਰ ਨੇ ਕੀਤਾ ਖੰਡਨ 에어 ਇੰਡੀਆ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਜੀ ਏਅਰ ਇੰਡੀਆ ਨੂੰ ਟਾਟਾ ਖਰੀਦਣ ਜਾ ਰਿਹਾ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਏਅਰ ਇੰਡੀਆ ਦੇ ਪੈਨਲ ਨੂੰ ਟਾਟਾ ਗਰੁੱਪ ਲਈ ਚੁਣ ਲਿਆ ਗਿਆ ਰਿਪੋਰਟ ਚੁੱਕਿਆ ਗਿਆ ਕਿ ਮੰਤਰੀਆਂ ਦੇ ਇੱਕ ਗਰੁੱਪ ਨੇ ਟਾਟਾ ਗਰੁੱਪ ਦੇ ਟੇਕਓਵਰ ਪ੍ਰਸਤਾਵ ਤੇ ਸਹਿਮਤੀ ਪ੍ਰਗਟਾ ਦਿੱਤੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਐਲਾਨ ਕੀਤਾ ਜਾ ਸਕਦਾ ਇਸ ਮਾਮਲੇ 'ਚ ਸਰਕਾਰ ਦਾ ਬਿਆਨ ਸਾਹਮਣੇ ਆਇਆ ਜੀ ਏਅਰ ਇੰਡੀਆ ਡੀਸ ਇਨਵੈਸਟਮੈਂਟ ਮਾਮਲੇ ਨੂੰ ਲੈ ਕੇ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਮੈਨੇਜਮੈਂਟ ਨੇ ਵੀਡੀਓ 'ਚ ਚੱਲ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ ਨਵਜੋਤ ਸਿੱਧੂ ਦੇ ਤਰਾਜ਼ ਤੋਂ ਬਾਅਦ ਚੰਨੀ ਸਰਕਾਰ ਨੇ ਨਵੇਂ ਡੀਜੀਪੀ ਦੀ ਨੁਕਤੀ ਦੀ ਤਿਆਰੀਆਂ ਕੀਤੀਆਂ ਸ਼ੁਰੂ ਸੋ ਵੱਡੀ ਖਬਰ ਆ ਜੀ 10 ਵੱਡੇ ਅਧਿਕਾਰੀਆਂ ਦੇ ਨਾਮ ਸ਼ਾਮਲ ਕਰ ਦਿੱਤੇ ਗਏ ਨੇ ਸੋ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਿਯੁਕਤ ਪੰਜਾਬ ਦਾ ਨਵਾਂ ਡੀਜੀਪੀ ਕੀਤਾ ਜਾ ਸਕਦਾ ਹੈ ਕਿਤੇ ਨਾ ਕਿਤੇ ਜਿਹੜਾ ਸਿੱਧੂ ਦੀ ਮੰਨਣੀ ਪੈ ਰਹੀ ਆ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਸੋ ਦੋਸਤੋ ਇਹ ਤੁਹਾਨੂੰ ਦੱਸ ਦਈਏ ਜੀ ਯੂਪੀਐਸਸੀ ਨੇ ਪੰਜਾਬ ਸਰਕਾਰ ਨੂੰ ਤਿੰਨ ਨਾਮ ਵਾਪਸ ਭੇਜੇਗੇ ਤੇ ਇਹਨਾਂ ਦੇ ਵਿੱਚੋਂ ਇੱਕ ਨੂੰ ਡੀਜੀਪੀ ਪੰਜਾਬ ਦੇ ਵਿੱਚ ਲਾਇਆ ਜਾ ਸਕੇਗਾ ਧੰਨਵਾਦ